ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਸਿਲਸਿਲਾ ਦੇ ਪ੍ਰੋਗਰਾਮ ਇੱਕ ਓਂਕਾਰ ਵਿੱਚ ਆਪ ਜੀ ਦਾ ਸਵਾਗਤ ਹੈ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਵੀਰ ਭੁਪਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਮੈਂ ਤਲਵਿੰਦਰ ਸਿੰਘ। ਵੀਰ ਭੁਪਿੰਦਰ ਸਿੰਘ ਜੀ ਓਰੇਟਰ ਦਾ ਲਿਵਿੰਗ ਟ੍ਰੇਡਰਸ ਵਜੋਂ ਆਪਣੀਆਂ ਸੇਵਾਵਾਂ ਸੰਗਤਾਂ ਦੇ ਰੂਬਰੂ ਕਰ ਰਹੇ ਨੇ। ਸਤਿ ਸੰਗਤ ਜੀ, ਅੱਜ ਦਾ ਸਾਡਾ ਵਿਸ਼ਾ ਰਹੇਗਾ ਗੁਰਮਤ ਅਤੇ ਗਿਆਨ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਨੇ ਵੀਰ ਭੁਪਿੰਦਰ ਸਿੰਘ ਜੀ। ਹੁਣ ਅਸੀਂ ਉਹਨਾਂ ਦੇ ਨਾਲ ਅੱਜ ਦਾ ਵਿਸ਼ਾ ਜਿਹੜਾ ਗੁਰਮਤ ਅਤੇ ਗਿਆਨ ਸਾਂਝਾ ਕਰਦੇ ਹਾਂ। ਆਓ ਧਰਮ ਵਿਚਾਰ ਸ਼ੁਰੂ ਕਰੀਏ। ਵੀਰ ਭੁਪਿੰਦਰ ਸਿੰਘ ਜੀ, ਤੁਹਾਡਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਡਾ ਅੱਜ ਦਾ ਵਿਸ਼ਾ ਹੈ ਗੁਰਮਤ ਅਤੇ ਗਿਆਨ, ਇਹ ਦੋ ਜਿਹੜੇ ਇੱਕ ਸਿੱਕੇ ਦੇ ਦੋ ਪਹਿਲੂ ਨੇ। ਗੁਰਮਤ ਜੋ ਸਿੱਧੇ ਰੂਪ 'ਚ ਗਿਆਨ ਦੀ ਪ੍ਰਾਪਤੀ ਕਰਾਉਂਦੀ ਹੈ, ਗੁਰਮਤ ਦੇ ਵਿੱਚ ਗਿਆਨ ਦੇ ਰਾਹੀਂ ਹੀ ਪ੍ਰਭੂ ਨੂੰ ਮਿਲਣ ਦਾ ਜਿਹੜਾ ਰਾਹ ਦੱਸਿਆ ਗਿਆ। ਅਸੀਂ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਅਸਲ 'ਚ ਗਿਆਨ ਹੈ ਕੀ ਹੈ। ਬੜਾ ਹੈ, ਸਿੰਪਲ ਵੀ ਹੈ, ਲੇਕਿਨ ਜੇ ਅਸੀਂ ਗੁਰਮਤ ਦੇ ਥਰੂ ਨਾ ਸਮਝੀਏ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਗੁਰਮਤ ਵਿੱਚ ਗਿਆਨ ਕਬੂਲ ਹੀ ਨਹੀਂ ਹੈ। ਦਰਅਸਲ ਗੁਰਮਤ ਜਿਸ ਗਿਆਨ ਦੀ ਗੱਲ ਕਰਦੀ ਹੈ ਉਹ ਗਿਆਨ ਹੈ ਜਿਹਦੇ ਨਾਲ ਮੈਨੂੰ ਵਿਵੇਕ ਬੁੱਧ ਪ੍ਰਾਪਤ ਹੋਵੇ ਜੀ। ਜਿਸ ਗਿਆਨ ਦੇ ਨਾਲ ਮੇਰੀ ਬਾਹਰਲੀ ਨੌਲੇਜ ਵੱਧਦੀ ਹੈ ਜੀ, ਸਿਰਫ ਮੈਨੂੰ ਬਾਹਰਲਾ ਸਾਰਾ ਗਿਆਨ ਸਮਝ ਆ ਗਿਆ ਜੀ, ਮੈਂ ਬਾਹਰਲੀ ਦੁਨੀਆ ਦਾ ਕੰਪਿਊਟਰ ਪੜ੍ਹ ਲਿਆ, ਬਾਹਰਲੀ ਦੁਨੀਆ ਦਾ ਡਾਕਟਰੀ ਇੰਜੀਨੀਅਰੀ ਪੜ੍ਹ ਲਈ, ਵਕੀਲ ਬਣ ਗਿਆ, ਜਾਤ ਬਰਾਦਰੀ ਲੋਕਾਚਾਰੀ ਹਰ ਕਿਸਮ ਦਾ ਗਿਆਨ, ਬਿਜ਼ਨਸ ਦਾ ਗਿਆਨ ਜੀ ਮੈਨੂੰ ਆ ਗਿਆ। ਪਰ ਇਸ ਗਿਆਨ ਦੇ ਨਾਲ ਜੇਕਰ ਮੇਰੇ ਕੋਲ ਡਿਗਰੀਆਂ ਵੀ ਨੇ, ਹੈ ਨਾ, ਕਿਸੇ ਵੀ ਕਿਸਮ ਦਾ ਮੇਰੇ ਕੋਲ ਨੌਲੇਜ ਹੈ ਜੀ, ਇਸ ਨੇ ਮੇਰਾ ਜੀਵਨ ਜੇ ਨਹੀਂ ਸੰਵਾਰਿਆ, ਮੇਰਾ ਆਤਮਿਕ ਜੀਵਨ ਨਹੀਂ ਸੰਵਰਿਆ, ਤਾਂ ਇਸ ਗਿਆਨ ਦਾ ਨਾਂ ਅਸੀਂ ਰੱਖ ਸਕਦੇ ਹਾਂ ਕੁ ਗਿਆਨ ਜੀ। ਮਤਲਬ ਇਹ ਮਾੜਾ ਤਾਂ ਨਹੀਂ, ਲੇਕਿਨ ਇਹਦੇ ਨਾਲ ਮੇਰੀ ਆਤਮਿਕ ਅਵਸਥਾ ਨਹੀਂ ਸੰਵਰਦੀ ਜੀ। ਉਹ ਵਾਲਾ ਗਿਆਨ ਜਿਸ ਦੇ ਨਾਲ ਮੈਨੂੰ ਅੰਤਰ ਆਤਮੇ ਦੀ ਸੋਝੀ ਹੋਏ ਜੀ, ਉਹ ਕਿਹੜਾ ਹੈ? ਉਸ ਗਿਆਨ ਨੂੰ ਗੁਰਮਤ ਵਿਵੇਕ ਬੁੱਧੀ ਕਹਿੰਦੀ ਹੈ, ਔਰ ਉਹ ਗਿਆਨ ਹੈ ਸਤਿਗੁਰ ਦੀ ਮੱਤ ਨੂੰ ਲੈ ਕੇ ਆਪਣੇ ਅੰਤਰ ਆਤਮੇ ਦੀ ਗਤੀ ਕਰਨਾ ਜੀ। ਸਤਿਗੁਰ ਦੇ ਤੀਰਥ ਵਿੱਚ ਨਾ ਕੇ ਅੰਤਰਗਤ ਤੀਰਥ ਮਨ ਨਾਉ, ਅੰਤਰ ਦੀ ਗਤੀ ਕਰਨਾ ਜਿਹਦੇ ਵਿੱਚ ਮੇਰੇ ਜੀਵਨ ਵਿੱਚ ਬਦਲਾਹਟ ਆ ਸਕੇ। ਹੁਣ ਦੁਨੀਆ 'ਤੇ ਗਿਆਨ ਬੜੇ ਗੱਲਾਂ ਕਰਦੀ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਗਿਆਨ ਗਿਆਨ ਸਭ ਕੋ ਕਹੇ, ਹੈ ਨਾ, ਇੱਕ ਸ਼ਬਦ ਜੀ ਕਹਿੰਦੇ ਨੇ ਗਿਆਨ ਧਿਆਨ ਸਭ ਕੋਈ ਰਵੈ ਜੀ। ਬੜਾ ਗਿਆਨ ਹੈ ਹਾਂਜੀ, ਔਰ ਇਹਦੀ ਗੱਲ ਵੀ ਬੜੀ ਕੀਤੀ, ਚਰਚਾ ਵੀ ਕੀਤੀ, ਗਿਆਨ ਧਿਆਨ ਸਭ ਕੋ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ। ਹੁਣ ਗਿਆਨ ਨੂੰ ਗੁਰੂ ਸਾਹਿਬ ਨੇ ਕੰਡੈਮ ਕਰ ਦਿੱਤਾ। ਕਿਹੜਾ ਗਿਆਨ? ਚੰਨ ਸੂਰਜ ਦਾ ਗਿਆਨ ਲੈ ਲਿਆ, ਤਾਰਿਆਂ ਦਾ ਗਿਆਨ ਲੈ ਲਿਆ ਜੀ, ਸਮੁੰਦਰ ਰਿੜਕਿਆ ਅਤੇ ਉਹਦੇ ਵਿੱਚੋਂ ਕਿਤਨੇ ਰਤਨ ਨਿਕਲੇ,
ਉਹਨਾਂ ਦੀ ਲਿਸਟ ਤਿਆਰ ਕਰ ਲਈ, ਉਹਨਾਂ ਦਾ ਗਿਆਨ ਲੈ ਲਿਆ, ਰਿੱਧੀਆਂ ਸਿੱਧੀਆਂ ਦਾ, ਪਮਿਸਟਰੀ ਦਾ, ਰਾਸ਼ੀ ਫਲ ਦਾ ਗਿਆਨ ਲੈ ਲਿਆ ਜੀ, ਦੁਨਿਆਵੀ ਡਾਕਟਰੀ ਇੰਜੀਨੀਅਰੀ ਦਾ ਗਿਆਨ ਲੈ ਲਿਆ, ਪਰ ਮੈਂ ਆਪਣੀ ਮਨ ਕੀ ਮਤ ਮੀਨਸ ਆਪਣੀ ਅਗਿਆਨਤਾ ਦੇ ਕਾਰਨ ਜਿਹੜੇ ਮੇਰੇ ਸੁਭਾਅ ਵਿਗੜ ਗਏ ਨੇ, ਕਈ ਕਿਸਮਾਂ ਦੇ ਮੈਨੂੰ ਗਲਤ ਆਦਤਾਂ ਪੈ ਗਈਆਂ ਨੇ, ਇਹ ਜੇ ਨਹੀਂ ਛੁੱਟਿਆ ਤਾਂ ਮੈਂ ਮਨ ਕੀ ਮਤ ਦੇ ਬੰਧਨ ਹੀ ਛਾਂ। ਗਿਆਨ ਧਿਆਨ ਸਭ ਕੋਈ ਰਵੇ, ਬਾਂਧਨ ਬਾਂਧਿਆ ਸਭ ਜਗ ਭਾਵੇਂ, ਹੈ ਨਾ ਜੀ। ਹੁਣ ਗੁਰੂ ਸਾਹਿਬ ਅਸਲੀ ਗਿਆਨ ਦੀ ਗੱਲ ਕਰਦੇ ਨੇ ਰਾਹ ਵਿੱਚ, ਐਸ ਅੰਤਰ ਵਸੇ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ, ਐਸੇ ਵਾਲਾ ਸਮਝ ਜਿਹਦੀ ਤੈਨੂੰ ਅੰਤਰ ਦੀ ਗਤੀ ਕਰਾਉਣ ਦੀ ਸਮਝ ਵੀ ਆਵੇ ਔਰ ਉਹ ਹਮੇਸ਼ਾ ਤੇਰੇ ਨਾਲ ਰਵੇ ਜੀ। ਹਮੇਸ਼ਾ ਮੇਰੇ ਨਾਲ ਮੇਰੇ ਮਨ ਕੀ ਮਤ ਰਹਿੰਦੀ ਹੈ ਜੀ, ਲੇਕਿਨ ਜਦੋਂ ਮੈਂ ਉਸ ਸੱਚ ਦੀ ਮਤ ਨੂੰ ਛੱਡ ਦਿੰਦਾ ਤਾਂ ਮੈਂ ਨਾਲ ਨਹੀਂ ਰੱਖੀ ਨਾ ਜੀ। ਐਸਾ ਹੁਣ ਕਹਿੰਦੇ ਨੇ ਐਸਾ ਗਿਆਨ ਜਪੋ ਮਨ ਮੇਰੇ, ਹੁਣ ਗਿਆਨ ਸਮਝਾਉਣ ਲੱਗੇ ਨੇ ਔਰ ਗਿਆਨ ਜਪੋ ਕਹਿ ਰਹੇ ਨੇ। ਜੇ ਜਪੋ ਦਾ ਮੈਂ ਨਾ ਹੁੰਦਾ ਰਿਪੀਟ ਕਰਨਾ ਤਾਂ ਮੈਂ ਬੋਲਦਾ ਗਿਆਨ 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 ਜੀ। ਹੁਣ ਗੁਰੂ ਸਾਹਿਬ ਕਹਿੰਦੇ ਐਸਾ ਗਿਆਨ ਜਪੋ ਮਨ ਮੇਰੇ, ਐਸੇ ਵਾਲੀ ਸੂਝ ਸਮਝ ਸਿੱਖ, ਐਸੀ ਵਾਲੀ ਵਿਵੇਕ ਬੁੱਧੀ ਦੀ ਮਤ ਲੈ। ਲੈ ਮੀਨਸ ਜੋ ਸੁਣਿਆ ਉਹ ਮੰਨਿਆ, ਭਾਉ ਕਰਕੇ ਸੁਣਿਆ ਮੰਨਿਆ, ਮਨ ਕੀਤਾ ਭਾਉ, ਉਹਨੂੰ ਜੀਵਿਆ ਜੀ। ਜੋ ਸੁਣਿਆ ਉਹਨੂੰ ਜੀਵਿਆ ਨਾ, ਤਾਂ ਇਹਨੂੰ ਕਹਿੰਦੇ ਨੇ ਕਿ ਵਿਚਾਰ ਕਰ ਲਈ, ਜਪ ਲਿਆ, ਦ੍ਰਿੜ ਕਰ ਲਿਆ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸੱਚੇ ਕੇਰੇ, ਸੱਚੇ ਦਾ ਚਾਕਰ ਹੋ ਜਾ। ਅਤੇ ਸੱਚੇ ਦਾ ਚਾਕਰ ਕਿਵੇਂ ਹੋਵਾਂਗੇ? ਸੱਚੇ ਦਾ ਚਾਕਰ ਇਸ ਤਰ੍ਹਾਂ ਹੋਵਾਂਗੇ ਕਿ ਮੈਂ ਆਪਣੇ ਅੰਦਰ ਵੀ ਸੱਚੇ ਨੂੰ ਮਹਿਸੂਸ ਕਰ ਸਕਾਂ ਅਤੇ ਬਾਹਰ ਇਹ ਸਾਰੀ ਦੁਨੀਆ ਜਿਹੜੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਡਾਈਵਰਸਿਟੀ 'ਚ ਰਹਿਣਾ ਸਿੱਖ ਜਾਈਏ, ਹਿੰਦੂ ਮੁਸਲਮਾਨ ਸਿੱਖ ਈਸਾਈ ਕਿਸੇ ਵੀ ਕਿਸਮ ਦਾ, ਕੋਈ ਵੀ ਸਟੇਟਸ ਦਾ, ਕੋਈ ਇਸਤਰੀ ਮਰਦ ਬਿਨਾਂ ਜੈਂਡਰ ਡਿਸਕ੍ਰਿਮੀਨੇਸ਼ਨ ਦੇ, ਹਰ ਮਨੁੱਖ ਦੇ ਵਿੱਚ ਵੀ ਉਹ ਸੱਚਾ ਮੈਂ ਵੇਖ ਸਕਾਂ, ਇਹ ਵਾਲਾ ਗਿਆਨ, ਤਾਂ ਮੈਂ ਸੱਚੇ ਦਾ ਚਾਕਰ ਹੋ ਜਾਵਾਂਗਾ, ਹੈ ਨਾ ਜੀ। ਸੇਵਾ ਕਰੇ ਸੋ ਚਾਕਰ ਹੋਏ ਜੀ। ਜੇ ਗਿਆਨ ਦੀ ਗੱਲ ਕਰਦੇ ਹਾਂ, ਦੁਨਿਆਵੀ ਗਿਆਨ ਇੱਕ ਅਧਿਆਤਮਿਕ ਗਿਆਨ ਜੀ, ਇਹ ਦੁਨਿਆਵੀ ਗਿਆਨ ਅਤੇ ਅਧਿਆਤਮਿਕ ਗਿਆਨ ਦੇ ਵਿੱਚ ਵਖਰੇਵਾਂ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਪਹਿਲਾਂ ਅਸੀਂ ਸਾਂਝ ਕਰ ਰਹੇ ਸੀ ਕਿ ਜਿਸ ਗਿਆਨ ਦੇ ਨਾਲ ਮੇਰੀ ਅੰਤਰ ਦੀ ਗਤੀ ਹੁੰਦੀ ਹੈ ਜੀ, ਜਿਸ ਗਿਆਨ ਦੇ ਨਾਲ ਮੈਨੂੰ ਇਹ ਨੌਲੇਜ ਮਿਲਦੀ ਹੈ ਕਿ ਮੈਂ ਔਗੁਣ ਯਾਰਾ ਕਿੱਥੋਂ ਜੀ। ਜੇ ਫਰਜ਼ ਕਰੋ ਮੈਂ ਮਨ ਹੋਰ ਮੁੱਖ ਹੋਰ ਕਰਦਾ ਜਾਂ ਜੀਓ ਮੈਲੇ ਬਾਹਰੋਂ ਨਿਰਮਲਾ ਜੀ ਜੀ, ਜੋ ਮੈਂ ਅੰਦਰ ਜ਼ਹਿਰ ਘੋਲਦਾ ਹਾਂ ਉਹ ਬਾਹਰ ਕਿਸੇ ਨੂੰ ਦੱਸਦਾ ਨਹੀਂ ਆ, ਹੈ ਨਾ ਬਿਲਕੁਲ। ਸਾਂਪ ਕੁੰਛ ਛੋਡੈ ਦਿੱਖ ਨਹੀਂ ਛੱਡੈ, ਹੈ ਨਾ ਜੀ। ਅਤੇ ਮੈਂ ਬਾਹਰੋਂ ਬਾਹਰੋਂ ਰੱਬ ਦੇ ਨਾਂ ਦਾ ਲਫਜ਼ੀ ਰਟਨ ਵੀ ਕਰ ਲੈਂਦਾ, ਸੋ ਇਸ ਸ਼ਬਦ ਦੀ ਗੁਰੂ ਸਾਹਿਬ ਕਹਿੰਦੇ ਸਾਂਪ ਕੁੰਛ ਛੋਡੈ ਬਿਖ ਨਹੀਂ ਛੱਡੈ, ਹੈ ਨਾ। ਤਾਂ ਉਹਦੇ ਵਿੱਚ ਮੇਰੀ ਬਗਲਾ ਭਗਤੀ ਨੂੰ ਪੂਰੀ ਤਰ੍ਹਾਂ ਗੁਰੂ ਸਾਹਿਬ ਰਿਅਲਾਈਜ਼ ਕਰਾਉਂਦੇ ਨੇ ਅਤੇ ਉਹਦੇ ਰਾਹ 'ਚ ਕਹਿੰਦੇ ਨੇ ਕਾਹੇ ਕੋ ਕੀਜੈ ਧਿਆਨ ਜਪੰਨਾ ਜੀ,
ਜਪ ਤੇ ਸ਼ੁੱਧ ਨਾ ਹੀ ਮਨ ਆਪਣਾ। ਮੇਰਾ ਮਨ ਸ਼ੁੱਧ ਨਹੀਂ ਹੈ ਔਰ ਬਾਹਰ ਮੈਂ ਧਰਮੀ ਵੀ ਸ਼ੋਅ ਕਰ ਰਿਹਾ। ਆਪਣੀ ਹਿਪੋਕ੍ਰੇਸੀ ਨੂੰ ਪੂਰੀ ਤਰੀਕੇ ਨਾਲ ਮੈਂ ਜੀ ਰਿਹਾ ਜੀ। ਮੈਨੂੰ ਇਹ ਸਮਝ ਆ ਜਾਏ ਕਿ ਮੈਂ ਬਗਲਾ ਭਗਤ ਹਾਂ, ਮੈਨੂੰ ਇਹ ਸਮਝ ਆ ਜਾਏ ਕਿ ਮੈਂ ਅੰਦਰੋਂ ਕੁਛ ਹੋਰ ਹਾਂ ਅਤੇ ਬਾਹਰੋਂ ਲੋਕਾਂ ਨਾਲ ਬਿਹੇਵ ਕੁਛ ਹੋਰ ਕਰਦਾ ਹਾਂ, ਐਸੋ ਜੀ ਆਉਣਾ ਕਿ ਮੇਰੇ ਅਵਗੁਣ ਕਿੱਥੇ ਹਨ। ਉਹ ਵਾਲੀ ਅੱਖ ਪ੍ਰਾਪਤ ਹੋਣੀ, ਉਹ ਅੱਖ ਪ੍ਰਾਪਤ ਹੋਣੀ। ਗੁਰੂ ਸਾਹਿਬ ਇੱਕ ਜਗ੍ਹਾ ਸੁਖਮਨੀ ਸਾਹਿਬ 'ਚ ਸ਼ਲੋਕ ਪੜ੍ਹ ਕਹਿੰਦੇ ਨੇ, ਗਿਆਨ ਅੰਜਨ ਗੁਰਦੀਆ ਜੀ। ਸਤਿਗੁਰ ਨੇ ਮੈਨੂੰ ਸੱਚ ਦਾ, ਗਿਆਨ ਦਾ, ਨੌਲੇਜ ਦਾ ਅੰਜਨ ਸੁਰਮਾ ਪਾਇਆ ਜੀ, ਤਾਂ ਹੋਇਆ ਕਿ ਅਗਿਆਨ ਅੰਧੇਰ ਵਿਨਾਸ਼। ਬਿਲਕੁਲ, ਜੇ ਮੇਰੀ ਅਗਿਆਨਤਾ ਨਹੀਂ ਗਈ ਤਾਂ ਮੇਰੇ ਕੋਲ ਬਾਹਰਲੀ ਦੁਨਿਆਵੀ ਗਿਆਨ ਹੈ, ਬਾਹਰਲਾ ਜੀ, ਹੈ ਨਾ ਜੀ। ਬਿਲਕੁਲ, ਅਗਿਆਨ ਅੰਧੇਰ ਵਿਨਾਸ਼ ਨਹੀਂ ਹੋਇਆ ਤੇਰਾ ਮੇਰਾ ਬਿਹੇਵੀਅਰ ਠੀਕ ਨਹੀਂ ਹੋਏਗਾ। ਮੈਨੂੰ ਕਾਮ ਕ੍ਰੋਧ ਦੋ ਓਹੰਕਾਰ ਸਤਾਨਗੇ, ਮੈਨੂੰ ਕੋਈ ਮਨੁੱਖ ਭੈੜਾ ਵੀ ਲੱਗੇਗਾ, ਹੈ ਨਾ, ਕੋਈ ਆਪਣਾ ਲੱਗੇਗਾ, ਕੋਈ ਤੇਰ ਮੇਰ ਲੱਗੇਗਾ। ਹੁਣ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗਮ ਕੋ ਬਣਾਈ। ਬਿਲਕੁਲ, ਜਿਸ ਮਤ ਨੂੰ ਲੈ ਕੇ ਮੇਰੀ ਸਭ ਨਾਲ ਬਣ ਆਉਂਦੀ ਹੈ, ਹੈ ਨਾ ਜੀ, ਉਹ ਵਾਲਾ ਗਿਆਨ, ਉਹ ਵਾਲੀ ਸੂਝ ਸਮਝ ਜੀ। ਮਤਲਬ ਕੋਈ ਬਹੁਤ ਮੁਸ਼ਕਲ ਖੇਡ ਨਹੀਂ ਹੈ, ਚੰਨ ਤਾਰੇ ਦੀ ਪੜ੍ਹਾਈ ਬਜਾਇ ਤਾਂ ਮੁਸ਼ਕਲ ਹੈ। ਸਮੁੰਦਰ 'ਚੋਂ ਕਿਹੜੇ 14 ਰਤਨ ਨਿਕਲੇ, ਉਹਨਾਂ ਨੂੰ ਯਾਦ ਕਰਨਾ ਅਤੇ ਫਿਰ ਰਿੱਧੀਆਂ ਸਿੱਧੀਆਂ ਦੀਆਂ ਸਾਰੀਆਂ ਗੱਲਾਂ ਕਰਨੀਆਂ, ਇਹ ਮੁਸ਼ਕਲ ਹੈ ਜੀ। ਇਹਦੇ ਵਿੱਚ ਮੇਰਾ ਜੀਵਨ ਕੋਈ ਨਹੀਂ ਬਦਲਦਾ, ਲੇਕਿਨ ਇੱਕ ਸਿੰਪਲ ਨੌਲੇਜ ਇਹ ਲੈਣੀ, ਸਤਿਗੁਰ ਜੀ ਮੈਨੂੰ ਇਹ ਸਮਝਾਓ ਕਿ ਮੈਂ ਅਵਗੁਣ ਯਾਰਾ ਕਿਹੜੇ ਪਾਸੋਂ ਹਾਂ, ਅਤੇ ਫਿਰ ਨਾਲ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ, ਮੈਨੂੰ ਆਪਣੀ ਸੁਜਾਣ ਮਤ ਇਹ ਵੀ ਦਿਓ ਕਿ ਮੇਰਾ ਰੋਗ ਤਾਂ ਤੁਸੀਂ ਡਾਇਗਨੋਸ ਕਰ ਦਿੱਤਾ ਅਤੇ ਮੇਰਾ ਰੋਗ ਦੂਰ ਕਰਨ ਦੀ ਵੀ ਮਤ ਦੇ ਦਿਓ, ਨਾਲ ਸੋਲੂਸ਼ਨ ਵੀ ਦੇ ਦਿਓ। ਅਤੇ ਗੁਰਬਾਣੀ ਗਿਆਨ ਦੇ ਰਾਹੀਂ ਪ੍ਰੋਬਲਮ ਸੋਲੂਸ਼ਨ ਅਤੇ ਸੋਲੂਸ਼ਨ ਤੋਂ ਬਾਅਦ ਪ੍ਰਾਪਤੀ ਕੀ ਹੁੰਦੀ ਹੈ, ਇਹ ਤਿੰਨੋਂ ਗੱਲਾਂ ਦੱਸਦੀ ਹੈ। ਇਸ ਤੋਂ ਭਾਵ ਇਹ ਨਿਕਲਿਆ ਕਿ ਸਾਨੂੰ ਦੋਵੇਂ ਗਿਆਨ ਵਿੱਚ ਫਰਕ ਸਮਝਣਾ ਹੈ। ਕਈ ਲੋਕ ਕਹਿੰਦੇ ਨੇ ਸਿਰਫ ਗਿਆਨ ਹੀ ਧਰਮ ਹੈ, ਹੈ ਨਾ ਜੀ। ਪਰ ਕਬੀਰ ਸਾਹਿਬ ਕਹਿੰਦੇ ਨੇ, ਕਬੀਰਾ ਜਹਾਂ ਗਿਆਨ ਤਾਂ ਧਰਮ ਹੈ, ਠੀਕ ਹੈ, ਲੇਕਿਨ ਉਹ ਕਿਹੜਾ, ਜਹਾਂ ਝੂਠ ਤਾਂ ਪਾਪ, ਜਹਾਂ ਲੋਭ ਤਾਂ ਕਾਲ ਹੈ, ਜਾਂ ਖਿਮਾ ਤਾਂ ਆਪ, ਜੇ ਤੂੰ ਕਿਸੇ ਨੂੰ ਖਿਮਾ ਕਰ ਸਕਦਾ ਹੈ ਔਰ ਤੂੰ ਲੋਭੀ ਨਹੀਂ ਹੈ ਜੀ, ਇਹ ਵਾਲਾ ਗਿਆਨ ਜੀ, ਹੈ ਨਾ ਜੇ ਦੇਖਿਆ ਜਾਵੇ ਗਿਆਨ, ਜੇ ਅਸੀਂ ਅਧਿਆਤਮਕ ਗਿਆਨ ਦੀ ਗੱਲ ਕਰਦੇ ਹਾਂ, ਜੇ ਅਧਿਆਤਮਕ ਗਿਆਨ ਦੀਆਂ ਗੱਲਾਂ ਕਰਨ ਦੇ ਬਾਵਜੂਦ ਅਸੀਂ ਫਿਰ ਵੀ ਅੰਦਰੋਂ ਕਾਲੇ ਹਾਂ, ਅੰਦਰੋਂ ਲੋਭੀ ਹਾਂ, ਤਾਂ ਉਹ ਅਧਿਆਤਮਕ ਗਿਆਨ ਨਾ ਹੋ ਕੇ ਦੁਨਿਆਵੀ ਗਿਆਨ ਰਹਿ ਜਾਂਦਾ। ਇਹੀ ਕਹਿ ਸਕਦੇ, ਉਸੇ ਨੂੰ ਕੁਗਿਆਨ ਲਫ਼ਜ਼ ਮੈਂ ਵਰਤਿਆ, ਕੁਗਿਆਨ, ਕੁਗਿਆਨ ਬਾਹਰਲੀ ਨੌਲੇਜ, ਜਸਟ ਇਨਫੋਰਮੇਸ਼ਨ ਜਰਨਲਿਸਟ ਵਾਂਗੂ ਇਕੱਠੀ ਕੀਤੀ ਜੀ ਜੀ। ਉਹਨੂੰ ਕਹਿੰਦੇ ਨੇ ਖਰ ਚੰਦਨ ਜਸ ਭਾਰਾ, ਸਿਰ 'ਤੇ ਚੰਦਨ ਦਾ ਵਜਨ ਲੱਦ ਲਿਆ। ਮੈਨੂੰ ਇਤਨੇ ਗ੍ਰੰਥ ਪਤਾ ਨੇ, ਮੈਨੂੰ ਇਤਨੀ ਨੌਲੇਜ ਹੈ, ਮੈਨੂੰ ਇਤਨਾ ਜ਼ੁਬਾਨੀ ਆਉਂਦਾ ਹੈ। ਉਹ ਕਹਿਣ ਨੂੰ ਤਾਂ ਅਧਿਆਤਮਕ ਰਹਿ ਗਿਆ ਪਰ ਹੈ ਫਿਰ ਵੀ ਦੁਨਿਆਵੀ, ਕੂ ਗਿਆਨ ਜਿਵੇਂ ਤੁਸੀਂ। ਉਹ ਅਧਿਆਤਮਕ ਬਣੇਗਾ ਹੀ ਤਾਂ ਕਿ ਜਿਹੜੀ ਨੌਲੇਜ ਲਈ ਹੈ ਸੁਣਿਆ, ਮੰਨਿਆ, ਮਨ ਕੀਤਾ ਪਾਓ। ਗੁਰ ਕਿਹਾ ਸਾਕਾਰ ਕਮਾਵੋ, ਜੇ ਮੈਂ ਉਹ ਕੀਤੀ ਜੀ, ਹੈ ਨਾ ਜੀ। ਪਰ ਜੇ ਦੂਜਿਆਂ ਨੂੰ ਚੁੱਪ ਕਰਾਉਣ ਵਾਸਤੇ ਉਹਨਾਂ ਦੇ ਸਾਹਮਣੇ ਉੱਚਾ ਬੋਲ ਕੇ
ਚਾਰ ਦੀਆਂ ਛੇ ਸੁ ਨਹਾ ਕੇ ਵਾਲਾ ਕੋਲ ਗਿਆਨ ਹੈ ਉਹ ਤਾਂ ਬਾਦ ਵਿਵਾਦ ਬਣ ਜਾਂਦਾ। ਨਹੀਂ ਅੱਜ ਕੱਲ੍ਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਅੱਜ ਕੱਲ੍ਹ ਅਕਸਰ ਦੇਖਦੇ ਹਾਂ ਬੰਦਾ ਨਿਤਨੇਮੇ ਵੀ ਹੈ, ਬਾਣੀ ਵੀ ਪੜ੍ਹਦਾ, ਪਰ ਪ੍ਰੈਕਟੀਕਲ ਰੂਪ 'ਚ ਜ਼ਿੰਦਗੀ 'ਚ ਉਹ ਗੱਲ ਨਹੀਂ ਹੈ ਜੋ ਬਾਣੀ ਕਹਿ ਰਹੀ ਹੈ, ਇੱਥੇ ਫਿਰ ਉਹ ਕੂਗਿਆਨ ਵਾਲੀ ਗੱਲ ਹੋ ਗਈ। ਯੈਸ, ਉਹ ਜਿਹੜੀ ਹੈ ਉਹਨੂੰ ਸਾਨੂੰ ਉਹਦੇ ਤੋਂ ਬਚਣਾ ਚਾਹੀਦਾ, ਉਹਦੇ ਤੋਂ ਗ੍ਰੇਜ਼ ਕਰਨਾ ਚਾਹੀਦਾ। ਜੇ ਇਸੇ ਤਰ੍ਹਾਂ ਹੀ ਦੇਖੀਏ ਗਿਆਨ ਅਤੇ ਕੂਗਿਆਨ, ਉੱਥੇ ਇੱਕ ਮਨ ਦਾ ਆਪਣੇ ਮਨ ਦਾ ਭਰਮ ਹੋ ਜਾਂਦਾ ਜਾਂ ਭੁਲੇਖਾ ਹੋ ਜਾਂਦਾ ਕਿ ਇਹ ਅਸਲ 'ਚ ਗਿਆਨ ਦਾ ਰਾਹ ਹੈ ਵੀ ਜਾਂ ਨਹੀਂ। ਜੇ ਗਿਆਨ ਦਾ ਰਾਹ ਹੈ ਤਾਂ ਕਿਸ ਤਰ੍ਹਾਂ ਦਾ ਹੈ, ਅਸਲ ਗਿਆਨ ਦਾ ਰਾਹ ਹੈ ਕੀ, ਕਿਵੇਂ ਦਾ ਹੈ, ਉਹਦਾ ਪਹਿਚਾਣ ਕੀ ਹੈ?